ਸੜਕ ਤੇ ਉਸ ਸਮੇਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਫੁੱਟਪਾਥ ਤੇ ਚੜ ਗਈ ਜਿੱਥੇ ਲੋਕ ਸੁੱਤੇ ਹੋਏ ਸਨ ਤੇ ਸੁੱਤੇ ਹੋਏ ਲੋਕਾਂ ਨੂੰ ਇਸ ਗੱਡੀ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਨੇ ਜੋ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੀ ਰਫ਼ਤਾਰ ਬੇਹੱਦ ਤੇਜ਼ ਸੀ ਤੇ ਬੜੀ ਤੇਜ਼ੀ ਦੇ ਨਾਲ ਆਉਂਦੀ ਹੋਈ ਇਹ ਸਿੱਧਾ ਫੁੱਟਪਾਥ ਤੇ ਚੜ ਗਈ ਜਿੱਥੇ ਲੋਕ ਸੁੱਤੇ ਹੋਏ ਸਨ। ਹਾਦਸਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਲੰਧਰ ਦੇ ਵਿੱਚ ਹੀ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਬਲੈਰੋ ਚਾਲਕ ਜੋ ਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਂਦਾ ਆ ਰਿਹਾ ਹੁੰਦਾ ਹੈ ਤਾਂ ਆਂਦੇ ਫੁੱਟਪਾਥ ਦੇ ਉੱਤੇ ਗੱਡੀ ਚੜਾ ਦਿੰਦਾ ਹੈ। ਫੁੱਟਪਾਥ ਤੇ ਲੋਕ ਜੋ ਸੁੱਤੇ ਹੋਏ ਸਨ ਉਹਨਾਂ ਨੂੰ ਬੁਰੀ ਤਰ੍ਹਾਂ ਦਰੜ ਦਿੰਦਾ ਹੈ ਤੇ ਦੋ ਲੋਕਾਂ ਦੀ ਇੱਥੇ ਮੌਤ ਹੋ ਜਾਂਦੀ ਹੈ। ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਚੀਕ ਚਿਹਾੜਾ ਮੱਚ ਜਾਂਦਾ ਹੈ, ਰਾਹਗੀਰ ਇਕੱਠੇ ਹੋ ਜਾਂਦੇ ਨੇ, ਆਸੇ ਪਾਸੇ ਦੇ ਇਲਾਕੇ ਦੇ ਲੋਕ ਵੀ ਇਕੱਠੇ ਹੋ ਜਾਂਦੇ ਨੇ। ਉਧਰ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੱਡੀ ਦੀ ਹਾਲਤ ਦੇਖੋ ਕਿ ਜਿਸ ਤਰ੍ਹਾਂ ਦੇ ਨਾਲ ਇਹ ਟੱਕਰ ਹੋਈ ਹੈ, ਪਹਿਲੇ ਤਾਂ ਫੁੱਟਪਾਥ ਦੇ ਉੱਤੇ ਚੜ ਜਾਂਦੀ ਹੈ, ਦਰੜ ਦਿੰਦੀ ਹੈ ਲੋਕਾਂ ਨੂੰ ਤੇ ਫਿਰ ਅੱਗੇ ਖੰਭੇ 'ਚ ਵੱਜ ਕੇ ਇਹ ਗੱਡੀ ਰੁਕ ਜਾਂਦੀ ਹੈ। ਹਾਲਾਂਕਿ ਇਸ ਦੇ ਵਿੱਚ ਸਵਾਰ ਚਾਲਕਾਂ ਨੂੰ ਵੀ ਸੱਟਾਂ ਲੱਗੀਆਂ ਨੇ, ਪਰ ਫੁੱਟਪਾਥ ਤੇ ਸੁੱਤੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਦਰੜ ਦਿੱਤਾ ਇਸ ਬਲੇਰੋ ਚਾਲਕ ਨੇ, ਤਾਂ ਉਹਨਾਂ ਵਿੱਚੋਂ ਦੋ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਉਧਰ ਪੁਲਿਸ ਡਰਾਈਵਰ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ, ਅੱਗੇ ਦੀ ਕਾਰਵਾਈ ਦੀ ਗੱਲ ਆਖਰੀ ਹੈ। ਇੱਕ ਜੀਪ ਗੱਡੀ ਬਲੈਰੋ ਆ ਰਹੀ ਸੀ ਬੜੀ ਤੇਜ਼ ਰਫ਼ਤਾਰ ਨਾਲ, ਤੇ ਉਹ ਪਠਾਨਕੋਟ ਚੌਂਕ ਲਾਗੇ ਫੁੱਟਪਾਥ ਤੇ ਸੁੱਤੇ ਹੋਏ ਬੰਦਿਆਂ ਦੇ ਉੱਪਰ ਚੜ ਗਈ ਆ, ਜਿਸ ਦੇ ਨਾਲ ਦੋ ਬੰਦੇ ਡੈਥ ਹੋ ਗਈ ਆ ਮੌਕੇ 'ਤੇ ਅਤੇ ਦੋ ਸਖ਼ਤ ਜ਼ਖਮੀ ਆ, ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਬਾਕੀ ਬਣਦੀ ਕਾਰਵਾਈ ਸਵੇਰੇ, ਜਿਹੜੇ ਬੰਦੇ ਡੈਥ ਹੋਈ ਉਹਨਾਂ ਦੀ ਪਛਾਣ ਹੋਈ ਹੈ? ਨਹੀਂ, ਅਜੇ ਕੋਈ ਪਛਾਣ ਨਹੀਂ ਹੋਈ। ਜਿਹੜੇ ਦੋ ਬੰਦੇ ਜਿਹੜੇ ਗੱਡੀ ਆ ਰਹੀ ਸੀ, ਕਿੱਧਰੋਂ ਆ ਰਹੀ ਸੀ, ਕਿੱਧਰ ਜਾ ਰਹੀ ਸੀ? ਗੱਡੀ ਇਹ ਪਠਾਨਕੋਟ ਚੌਂਕ ਵੱਲੋਂ ਆ ਰਹੀ ਸੀ, ਇੱਧਰੋਂ ਪਠਾਨਕੋਟ ਵੱਲੋਂ ਅਤੇ ਸ਼ਹਿਰ ਵਿੱਚ ਐਂਟਰੀ ਕਰਨ ਲੱਗੀ ਸੀ। ਨਹੀਂ, ਪੁਲਿਸ ਦੇ ਵੀ ਜਦੋਂ ਮੌਕਾ ਤਲਾਹ ਮਿਲੀ ਮੌਕੇ 'ਤੇ ਆ ਗਏ। ਇਹ ਡਰਾਈਵਰ ਦੀ ਗਲਤੀ ਆ, ਉਹ ਬਹੁਤ ਤੇਜ਼ ਰਫ਼ਤਾਰ ਸੀ, ਫੁੱਟਪਾਥ ਦੇ ਬੰਦੇ ਸੁੱਤੇ ਸੀ, ਉਹਨਾਂ ਉੱਤੇ ਚੜ੍ਹ ਗਏ। ਡਰਾਈਵਰ ਫੜ ਲਿਆ, ਕੀ ਨਾਮ ਹੈ, ਕਿੱਥੇ ਰਹਿਣ? ਅਜੇ ਨਾਮ ਮੈਂ ਦੁਬਾਰਾ ਪੁੱਛ ਕੇ ਦੱਸਾਂਗਾ, ਅਜੇ ਮੈਨੂੰ ਨਾਮ ਬਾਰੇ ਨਹੀਂ ਪਤਾ। ਇਹਦੇ ਬਾਰੇ ਵੀ ਮੈਂ ਕੁਛ ਨਹੀਂ ਕਹਿ ਸਕਦਾ, ਸ਼ਰਾਬ ਪੀਤੀ ਕਿ ਨਹੀਂ ਪੀਤੀ। ਆ ਦੋ ਗੱਡੀਆਂ ਵੀ ਉਹਨਾਂ ਨੇ ਵਿੱਚ ਜਿਹੜੇ ਦੋ ਬੰਦੇ ਤੋੜਦੀਆਂ ਨੇ, ਉਹ ਕੌਣ ਨੇ, ਉਹਨਾਂ ਦਾ ਪਤਾ ਲੱਗਿਆ? ਉਹ ਵੀ ਬਾਰੇ ਵੀ ਕਿਹੜੇ ਹਸਪੀਟਲ ਪਹੁੰਚਾਇਆ ਉਹਨਾਂ ਨੂੰ? ਸਿਵਲ ਹਸਪਤਾਲ। ਸਰ ਗੱਲ ਕਰੀਏ, ਕਿਹੜਾ ਫੁੱਟਬਾਲ ਤੇ ਕੀ ਬੈਠੇ ਹੋਏ ਸੀ? ਇਹ ਫੁੱਟਬਾਲ ਤੇ ਸੁੱਤੇ ਪਏ ਬੰਦੇ ਸੁੱਤੇ ਪਏ ਦੇ ਉੱਪਰ। ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਸਵੇਰੇ ਜੋ ਵੀ ਕਾਰਵਾਈ ਬਣਦੀ ਕਰਾਂਗੇ ਜੀ।